ਬੇਨ ਇਹਨੂੰ ਲੱਗੀ ਰਹਿੰਦੀ ਆ ਪੜਨਾ ਨਹੀਂ ਆਣੀ ਆ ਨਹੀਂ ਪੜਨਾ ਨਾ ਕਿਤੇ ਕੁੜੀ ਨੇ ਅੱਖ ਲੱਗਣਾ ਨਾ ਇਹਦੇ ਪਿਓ ਨੇ ਹੀ ਅੱਖ ਲੱਗਣਾ ਮੈਂ ਤੇ ਪਤਾ ਨਹੀਂ ਕਿਹੜੇ ਟੂਣੇ ਟੱਪਣੇ ਤੇ ਟੱਪ ਕੀ ਨਹੀਂ ਲੱਗਦਾ हेलो भाजी हाँ जी ठीक ठाक तुम सुनाओ कि बच्चे बस ठीक ठाक पानी भाजी कहते हाँ जी ठीक चलो कोई नहीं है मेरे को नहीं लै जाओ कोई नहीं कोई देना वा चलो कोई नहीं देना चलो ठीक मेरी तो कभी गल मनी नहीं कोई भी जो मैं कहनी उदो कहने मेरे को पैसे है नहीं पैसे है नहीं हेलो हां भैन की हाल है ठीक है तू सा की हाल है तेरा अपना भी ठीक है और ठीक है गई बस कुछ नहीं मेरे तो बंदे ने बड़ा दुखी किया है मेनू क्यों की हो गया ओ जदो ओदी भैन दा फोन आ जांदा है ना उससे बड़े पता नहीं किथों पैसे प्रगट कर लेंदा ही हो तो ओ भी बस बोलने भी जदो फोन करना पैसे मंगने है जा होर के भी रिश्तेदार दा फोन आ जाए फिर कह दूंगा हाँ मेरे को है गए है पैसे तो जो मैं कहनी हाँ कोई गल हों तो उदो मेरे बारी पैसे नहीं होंगे उदो को अच्छा अच्छा बाबा पड़की ला फिर तो बड़ा करनी वाला ठीक है अच्छा पक्का कर दूंगा ठीक बाबा पड़की ला अच्छा ठीक फिर मैं कर दी एड्रेस मैं तो अज ही जाके आनी बाबे पड़की ले को हां ठीक है चल ठीक है फिर चंगा बाय ले मैसेज आ गया ही ले बाबा पड़की ला टट्ठी हुई थे ਲੈ ਅੱਜ ਤੇ ਮੈਂ ਤੇ ਅੱਜ ਹੀ ਜਾਣੀ ਆ ਹੁਣ ਪਤਾ ਨਾ ਲੱਗ ਜੂ ਹੁਣ ਦਾਲ ਆ ਕੇ ਜਾਣਾ ਪੈਣਾ ਵਾ ਇਹਨੇ ਕਿੱਥੋਂ ਮੈਨੂੰ ਪੈਸੇ ਦੇਣੇ ਨਹੀਂ ਤੇ ਜਾਣ ਨੂੰ ਚਲ ਠੀਕ ਆ ਜਾ ਕੇ ਪਤਾ ਕਰਦੀ ਆ ਕਿੱਥੇ ਆਏ ਬੈਠਾ ਸੁੱਤੀ ਜਾਣਾ ਵਾ ਉਹ ਤੇ ਜਾ ਕੇ ਗਾਹ ਫੜ ਕੇ ਲਿਆ ਭੁੱਖੇ ਮਰ ਜਾਣਾ ਇਦਾਂ ਹੀ ਬੱਬ ਜੇ ਅੱਗੇ ਕੰਮ ਚੰਗਾ ਹੈ ਹੁਣ ਮਾੜਾ ਹੀ ਹੋ ਜਾਂਦਾ ਤੇ ਤੇ ਮੰਦਾ ਹੀ ਹੋਣਾ ਕਿ ਬੈਠੇ ਬੈਠੇ ਕੀ ਹੋਣਾ ਜੇ ਫੜ ਕੇ ਲਿਆ ਗਾਹ ਕੋਈ ਇਥੋਂ ਨਾਲੇ ਭੰਗ ਲੈ ਆਈ ਥੋੜੀ ਜੀ ठीक गाना ला जा पहला कोई केड़ा लाया कि देतियां जी
ਚੱਲ ਇਹ ਕਿਹੜੀਆਂ ਪੈ ਗਿਆ ਮੇਰੀਆਂ ਮੁਫਤ ਮਿਲੀਆਂ ਤੂੰ ਗਾਂ ਲਾ ਕੇ ਦੇ ਲਾਤਾ ਬਾਬਾ ਇਹ ਗੱਲਾਂ ਨਾ ਕਰ ਬਹੁਤੀਆਂ ਲਾਮ ਨਾ ਲਾਉਂਦਾ ਉਹ ਹੁੰਦੇ ਉਹ ਸਾਮੀ ਨੇ ਮੋਟੀ ਲੱਗਦੀ ਆ ਸੋਹਣਾ ਬੜਾ ਪਾਇਆ ਉਹਨਾਂ ਨੇ ਮੈਂ ਦੱਸਦਾ ਜਾ ਕੇ ਬਾਬੇ ਨੂੰ ਬਾਬਾ ਜੀ ਹੋ ਗਿਆ ਵਾ ਸਾਮੀ ਬੜੀ ਮੋਟੀ ਆਈ ਸੋਨੇ ਨਾਲ ਲੱਭੀ ਸਰ ਸੱਚੀ ਹੋਰ ਲਾ ਫਿਰ ਗਾਣਾ ਜੱਜ ਵੀ ਦਾ ਵਧੀਆ ਨਵਾਂ ਲਾਈ ਹੋਈ ਲਾਉਂਦਾ ਮੈਂ ਗਾਣਾ ਬਈ ਨਵਾਂ ਲਾ ਦੇ ਇੱਕ ਵਾਰੀ ਬਾਬਾ ਜੀ ਮੇਰਾ ਨਾ ਬੰਦਾ ਤੇ ਅੱਖ ਹੀ ਨੀ ਲੱਗਦਾ ਮਾਸਾ ਵੀ ਤੇ ਹੋਰ ਹੀ ਲੋਕਾਂ ਦੀਆਂ ਗੱਲਾਂ ਮੰਨਦਾ ਵਾ ਤੇ ਪਰ ਮੇਰੀ ਤੇ ਗੱਲ ਵਾਰੀ ਮੰਨਦਾ ਹੀ ਨੀ ਨਾ ਬਿਲਕੁਲ ਹੀ ਕੋਈ ਗੱਲ ਨੀ ਮੰਨਣ ਡੈ ਪਊਗਾ ਮੈਂ ਕਹਿੰਦੀ ਆ ਵੀ ਇਹੋ ਜਿਹਾ ਕੋਈ ਮੈਨੂੰ ਤਾਂ ਗੱਤਵੀਤ ਕਰਕੇ ਦੋ ਵੀ ਮੇਰੇ ਹੀ ਅੱਖ ਲੱਗੇ ਹੋਰ ਤੇ ਕਿਸੇ ਦੀ ਸੁਣੇ ਹੀ ਨਾ ਉਹ ਘਰ ਬਾਬਿਆਂ ਕੋ ਹਰ ਚੀਜ਼ ਦਾ ਹੱਲ ਹੈਗਾ ਮੈਨੂੰ ਤਾਂ ਹੀ ਮੈਂ ਤੇ ਬੜੀ ਤੁਹਾਡੀ ਸੋਭਾ ਸੁਣ ਕੇ ਆਈ ਆ ਵੀ ਬਾਬੇ ਜਿਹੜੇ ਬੜੇ ਕਰਨੀ ਵਾਲੇ ਆ ਤੇ ਤੁਸੀਂ ਹੁਣ ਕੋਈ ਇਹੋ ਜਿਹਾ ਮੈਨੂੰ ਮੰਤਰ ਮਾਰ ਕੇ ਦੋ ਵੀ ਜਿਹੜਾ ਜਾਂਦਿਆਂ ਹੀ ਮੇਰਾ ਬੰਦਾ ਬਸ ਨਾ ਮੇਰੀ ਗੱਲ ਸੁਣੇ ਹੋਰ ਨਾ ਕਿੱਦੀ ਸੁਣੇ ਬੱਚਾ ਤਾਂ ਗੱਲ ਹੋ ਠੀਕ ਆ ਪਰ ਤਾਂ ਅੱਗੇ ਲਈ ਥੋੜ੍ਹਾ ਜਿਹਾ ਚਾਹੀਦਾ ਭੇਟਾ ਥੋੜ੍ਹੀ ਜ਼ਿਆਦਾ ਵਾ ਧਾਗੇ ਦੀ ਇੱਦਾਂ ਕਰਦੀ ਇਹਦੇ ਬਟੂ ਵਿੱਚ ਪਾ ਦਿੰਦੀ ਉਹ ਤੇ ਇਹਨੇ ਚੁਕੋ ਨਹੀਂ ਰੱਖਣਾ ਹੁੰਦਾ ਦੇਖਾਂ ਬਟੂਆ ਇੱਥੇ ਹੋਣਾ ਭਲਾ ਇੱਥੇ ਪਾ ਦਿੰਦੀ ਇਹ ਵੀ ਤੇ ਹੱਥ ਤੇ ਬੰਨੇ ਵਾਲਾ ਹਿਸਾਬ ਹੁੰਦਾ ਕੋਲ ਹੀ ਰੱਖਣਾ ਹੁੰਦਾ ਬਾਬਾ ਹੁਣ ਨਾ ਮੇਰੀ ਗੱਲ ਮੰਨਣ ਲੱਗ ਜਾਣ ਕਹਿੰਦੇ ਤੇ ਹੈਗੇ ਬਾਬੇ ਭੜਕੀਲੇ ਹੋਣੀ ਬੜੇ ਪਹੁੰਚੇ ਹੋਏ ਆ ਬਸ ਹੁਣ ਬਸ ਇਹ ਕੰਮ ਸੁਧਰ ਜੇ ਨਾ ਫੇਰ ਤੇ ਨੌ ਨੀਤੀਆਂ ਬਾਰਾਂ ਮੁੰਡੇ ਦਾ ਹਾਂ ਚਲੋ ਪਿੰਡ ਨੂੰ ਚੱਲੀਏ ਘੜੀ ਦਾ ਪੇਕੇ ਮੇਰੇ ਹੱਦ ਹੋ ਗਈ ਵਾਟੀਆਂ ਦਿਨ ਮਣਾ ਜੰਡਿਆ ਵਾ ਘੜੀ ਕ ਜਾ ਕੇ ਤੇ ਆ ਜਾਾਂਗੇ ਤੁਹਾਡੇ ਕੰਮ ਕਿਹਦੀ ਕਰਨੇ ਅਰੀ ਪੜਾਉਂਦਾ ਤੁਸੀਂ ਪੜਾਉਣ ਵਾਲਾ ਤੇ ਇਹਦੇ ਮੇਰੀ ਕਦੀ ਗੱਲ ਹੀ ਨਹੀਂ ਮੰਨਣੀ ਮੈਂ ਤੇ ਕਿਹਾ ਹਰੇ ਹੁਣ ਅਸਰ ਹੋ ਗਿਆ ਨਾ ਤੀ ਕਾਹਦਾ ਹੋ ਗਿਆ ਨਾ ਅਸਰ ਨਹੀਂ ਹੁੰਦਾ ਮੈਂ ਹਾਂ ਵੀ ਮੇਰੇ ਗੱਲਾਂ ਦਾ ਤੁਹਾਨੂੰ ਹੋ ਗਿਆ ਨਾ ਮੈਂ ਚੱਲ ਮੈਂ ਜਾਣਾ ਤੂੜੀ ਬਣਾਉਣ ਵਾਲੇ ਆਉਣਗੇ ਰੀਪਰ ਆਉਣ ਗਈ ਰੋਟੀ ਪਾਣੀ ਕਰ ਵਾਂਡੇ ਦੀ ਪੇਜ ਨੂੰ ਆਦਣਾ ਜੇ ਮੈਂ ਨਹੀਂ ਆ ਆਪਣਾ ਹਰ ਵਾਰੀ ਗੱਲ ਮਨਾਉਣੀ ਹੁੰਦੀ ਆ ਕਮਰੇ ਵਿੱਚ ਜੰਨਾ ਵਾਂਡੇ ਮੈਂ ਤੇ ਬਾਸ ਚ ਕਰ ਦੇਣਾ ਬੰਦੇ ਮੇਰਾ ਬੰਦਾ ਤੇ ਬਾਸ ਚ ਹੋਇਆ ਹੀ ਨਹੀਂ ਆ ਹੈਲੋ ਜੈ ਬਾਬੇ ਪੜਕੀ ਲੈ ਦੇ ਜੈ ਬਾਬੇ ਕੌਣ ਬੱਚਾ ਬਾਬਾ ਜੀ ਮੈਂ ਜਿਹੜੀ ਕਰ ਲਈ ਹੀਗੀ ਨਾ ਆਪਣਾ ਬੰਦਾ ਬਾਸ ਚ ਕਰਨ ਨੂੰ ਹਾਂਜੀ ਉਹ ਤੇ ਕੋਈ ਗੱਲ ਨਹੀਂ ਮੰਨਦੇ ਉਹ ਤੇ ਉਦਾਂ ਦੇ ਉਦਾਂ ਹੀ ਆ ਧਾਗਾ ਮੈਂ ਉਹਦੇ ਪਰਸ ਚ ਪਾਤਾ ਸੀਗਾ ਬਣਾਵ ਉਹਦੇ ਬੰਨ ਕੇ ਤੇ ਮੈਂ ਕੁੱਟ ਥੋੜਾ ਬਣੀ ਹੁੰਦੀ ਬਾਬਾ ਜੀ ਤੇ ਚਲੋ ਫਿਰ ਮੈਂ ਤੁਹਾਨੂੰ ਵੇਖ ਕੇ ਤੇ ਦੱਸਦੀ ਹਾਂ ਜੇ ਉਹ ਘਰ ਨਾ ਹੋਇਆ ਤੇ ਫਿਰ ਅੱਜ ਤੇ ਉਦਾਂ ਹੈ ਨਹੀਂ ਹੈ ਘਰ ਤੇ ਫਿਰ ਤੁਸੀਂ ਅੱਜ ਹੀ ਆ ਜਾਓ ਤੇ ਬਾਬਾ ਜੀ ਬੁਲਟ ਵੀ ਨਵਾਂ ਲਾਇਆ ਨੀ ਆ ਬਾਬੇ ਸੁੱਟ ਕੇ ਲੱਗਦਾ ਵਾ
चरण पैके दे दो बस बस सारा का हो जाएगा बस ती ना अपना ध्यान मारो। चलो बाबा जी फिर ती बैठो डेरा बदली नंबर नहीं बदली है गाय बिमार हो शराबा मीट खाने ठीक है।